ਪੂਰਾ ਮਾਮਲਾ ਜੀ? ਮਾਨਯੋਗ ਸ਼੍ਰੀ ਸਵਪਨ ਸ਼ਰਮਾ ਜੀ, ਆਈ ਪੀ ਐੱਸ ਮਹਿ ਮੰਤਰੀ ਜਲੰਧਰ, ਅਤੇ ਸ਼੍ਰੀ ਵਿਦਿਆ ਵਾਰੀਅਰ ਜੀ, ਏ ਡੀ ਸੀ ਪੀ ਯੂਨੀਵਰਸਿਟੀ ਦੇ ਜਲੰਧਰ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਹਿਲਾਂ ਵੀ ਸੀ ਏ ਸਟਾਫ ਨੇ ਕਾਫੀ ਹੈਰੋਨ ਵਗੈਰਾ ਦੀ ਰਿਕਵਰੀ ਕੀਤੀ ਆ, ਜਿਹਦੇ ਤਹਿਤ ਚੱਲਦਿਆਂ ਹੁਣ ਦੁਬਾਰਾ ਫਿਰ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੀਰਜ ਔਰ ਸੌਰਵ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ, ਅਤੇ ਇਹਨਾਂ ਤੋਂ 100 ਗ੍ਰਾਮ ਜਿਹੜੀ ਹੈਰੋਨ ਜਿਹੜੀ ਆ ਰਿਕਵਰ ਕੀਤੀ ਹੈ, ਤਹਿਤ ਮੁਕੱਦਮਾ ਨੰਬਰ 2 ਦੇ ਵਿੱਚ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਸਰ, ਇਹਨਾਂ ਦੇ ਪਹਿਲੇ 'ਚ ਕੋਈ ਮਾਮਲਾ ਦਰਜ ਜੀ? ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ਼ ਐਨ ਡੀ ਪੀ ਐੱਸ ਦੇ ਪਹਿਲਾਂ ਇੱਕ ਮੁਕੱਦਮਾ ਦਰਜ ਹੋਇਆ।